ਪਰ ਨਹਿਰ ਜਿਹੜਾ ਢੋਲ ਜੇ ਕਹਿੰਨੇ ਆਂਹੀਂ ਢੋਲ ਪਿਛਲੀ ਵਾਰੀ ਵੀ ਖਰਾਬ ਹੋਏ ਹਨ ਤੇ ਇਸ ਵਾਰੀ ਵੀ ਚਲੋ ਥੋੜਾ ਖਰਾਬ ਹੈ ਉਹਨੂੰ ਰਿਪੇਅਰ ਕਰਕੇ ਪਾਣੀ ਛੱਡ ਦੇਣਾ ਚਾਹੀਦਾ ਸੀ ਤਾਂ ਕਿ ਜਿਹੜਾ ਜ਼ਿੰਮੇਵਾਰ ਪਾਣੀ ਲਾ ਸਕੇ ਜਿਹੜਾ ਪਾਣੀ ਹੈ ਇਹ ਜਨਵਰੀ ਮਹੀਨੇ ਤੱਕ ਹੁੰਦਾ ਜੀ ਜਨਵਰੀ ਮਹੀਨੇ ਤੱਕ ਪਾਣੀ ਉਹਦੇ ਬਾਅਦ ਲੋੜ ਹੀ ਨਹੀਂ ਪੈਂਦੀ ਤਾਂ ਕਿ ਜਿਹੜਾ ਹੁਣ ਇਸ ਮੁੱਕੇ ਇੰਨੀ ਜ਼ਰੂਰਤ ਹੈ ਪਾਣੀ ਦੀ ਕਣਕਾਂ ਬਿਲਕੁਲ ਪੀਲੀਆਂ ਹੋਦੀਆਂ ਪਈਆਂ ਨੇ ਬਿਲਕੁਲ ਸੁੱਕਾ ਪਈਦਾ ਔਰ ਜਿਹੜੀ ਨਵੀਂ ਨਹਿਰ ਬਣਾ ਰਹੇ ਹੋ ਉਹ ਤਕਰੀਬਨ 4-5 ਮਹੀਨੇ ਲੱਗ ਜਾਣੇ ਨੇ ਹੋਂ ਤੱਕ ਦੇ ਕਣਕਾ ਬਿਲਕੁਲ ਤੜਕ ਜਾਣ ਗਈਆਂ ਮੈਂ ਤਾਂ ਕਰਕੇ ਕਹਿ ਰਿਹਾ ਗਵਰਨਰ ਸਾਹਿਬ ਅੱਗੇ ਅਪੀਲ ਕਰ ਰਿਹਾ ਡਿਪਾਰਟਮੈਂਟ ਅੱਗੇ ਅਪੀਲ ਕਰ ਰਿਹਾ ਕਿ ਜਲਦੀ ਜਲਦੀ ਜਿਹੜੀ ਪੁਰਾਣੀ ਨਹਿਰ ਹੈ ਉਹਨੂੰ ਰਿਪੇਅਰ ਕਰਕੇ ਪਾਣੀ ਛੱਡਿਆ ਜਾਏ ਜਿਹੜੀ ਨਈ ਨਹਿਰ ਹੈ ਉਹਨੂੰ ਭਾਵੇਂ 2-4 ਮਹੀਨੇ ਲੱਗ ਜਾਣ ਚੱਲਦਾ ਰਹੇ ਕੰਮ ਲੇਕਿਨ ਇਹ ਪੁਰਾਣੀ ਨਹਿਰ ਹੈ ਉਹਨੂੰ ਰਿਪੇਅਰ ਕਰਕੇ ਦੜਪ ਦੇੜੇ ਟੋੜ ਜਿਹੜੇ ਕਹਿੰਦੇ ਆ ਢੋਲ ਜੇ ਖਰਾਬ ਹੋਏ ਨੇ ਉਹਨੂੰ ਰਿਪੇਅਰ ਕਰਕੇ ਤੇ ਪਾਣੀ ਛੱਡਿਆ ਜਾਏ ਪਾਣੀ ਦੇ ਕਿਲ ਤੋਂ ਇਹ ਦੜ ਬਨੈਰ ਜਿਹੜੀ ਇਹ ਪੂਰੀ ਬਹੁਤ ਇਲਾਕਾ ਜਿਹੜਾ ਕਿ ਸਨਹਿਰ ਦੇ ਸਿਰ ਤੇ ਕੰਮ ਕਰ ਰਿਹਾ ਇਹਦੇ ਨਹਿਰ ਦੇ ਉੱਤੇ ਹੀ ਪਾਣੀ ਦੇ ਲਗਾ ਕੇ ਆਪਣੀ ਫਸਲਾਂ ਬੀਜਦੇ ਨੇ ਹੋਰ ਸਬਜ਼ੀਆਂ ਲਗਾਉਂਦੇ ਨੇ ਇਹ ਇਹ ਪਾਣੀ ਦੇ ਬਿਗਾਰ ਦੇ ਨਾਲ ਸਬਜ਼ੀ ਦਾ ਨਾਲ ਕਣਕਾਂ ਦਾ ਝੋਨੇ ਦਾ ਕੁਝ ਵੀ ਨਹੀਂ ਹੋਣਗੇ ਹੁਣ ਇਸ ਟਾਈਮ ਪਾਣੀ ਦੀ ਜ਼ਰੂਰਤ ਹੈ ਤੇ ਜਿਹੜੀ ਪੁਰਾਣੀ ਨਹਿਰ ਹੈ ਜਿਹੜੀ ਪਹਿਲੇ ਲੀਕ ਕੀਤੀ ਹੈ ਕੋਈ ਕਹਿੰਦੇ ਸੁਣਿਆ ਕਿ ਉਹ ਖਰਾਬ ਹੋਈ ਹੈ ਤੇ ਪਾਣੀ ਨਹੀਂ ਨਿਕਲ ਰਿਹਾ ਡਿਪਾਰਟਮੈਂਟ ਨੂੰ ਚਾਹੀਦਾ ਉਹ ਥੋੜਾ ਜਿਹਾ ਰਿਪੇਅਰ ਕਰਕੇ ਦੇ ਪਾਣੀ ਛੱਡਣ ਜਿਆਦਾ ਨਹੀਂ ਪਾਣੀ ਉਹ ਖੇ ਸਕਦੀ ਤੇ ਜਿੰਨਾ ਪਾਣੀ ਵੀ ਨਿਕਲਦਾ ਉਹ ਨਿਕਲਣਾ ਚਾਹੀਦਾ ਤਾਂ ਕਿ ਜ਼ਿਮੀਂਦਾਰ ਜਿਹੜੇ ਫਸਲ ਨੂੰ ਲਗਾ ਸਕਣ ਕਿੰਨੇ ਲੱਖ ਦਾ ਪਾਣੀ ਲੱਗਦਾ ਕਾਫੀ ਇਲਾਕਾ ਉਹ ਕਿੰਨ ਦੜਪ ਪਿੱਛੋਂ ਲੈ ਕੇ ਆ ਖਨੂਰ ਤੋਂ ਲੈ ਕੇ ਪੂਰਾ ਅੱਗੇ ਬਾਰਡਰ ਤੱਕ ਪੂਰਾ ਪਾਣੀ ਇਸੇ ਨਹਿਰ ਤੇ ਚੱਲਦਾ ਤੇ ਜ਼ਿਮੀਂਦਾਰ ਬਹੁਤ ਤੰਗ ਹੋ ਰਿਹਾ ਤੇ ਜਿਹੜਾ ਨਵੀਂ ਨਹਿਰ ਬਣਾ ਰਹੇ ਨੇ ਉਹਦਾ ਕੰਮ ਚੱਲੀ ਜਾਂਦਿਓ ਉਹ ਜਦੋਂ ਤੱਕ ਤਿਆਰ ਹੋ ਗਈ ਤੇ ਉਸ ਤੋਂ ਬਾਅਦ ਇਹਨੂੰ ਇਹਦੇ ਵਿੱਚ ਪਾਣੀ ਛੱਡ ਦੇ ਜਿਹੜੀ ਪ੍ਰਾਣੀ ਆ ਉਹਨੂੰ ਚਲਾਉਣਾ ਚਾਹੀਦਾ ਉਹਨੂੰ ਚਲਾ ਕੇ ਤੇ ਅੱਗੇ ਜਿਹੜਾ ਪਾਣੀ ਦੀ ਜ਼ਰੂਰਤ ਹੈ ਉਹ ਪੂਰੀ ਕਰਨੀ ਚਾਹੀਦੀ ਹੈ ਥੈਂਕ ਯੂ